ਤੁਸੀਂ ਕਿੱਥੇ ਸੀ? ਬਿੰਦਰ ਪੁੱਤ, ਮੇਰੀ ਉਮਰ 'ਚ ਬੰਦੇ ਮੰਜੇ 'ਤੇ ਬਹਿ ਕੇ ਸੇਵਾ ਕਰਾਉਂਦੇ ਨੇ, ਅਤੇ ਮੈਂ ਇੱਥੇ ਆਪਣੇ ਭਾਂਡੇ ਵੀ ਆਪ ਮਾਂਜਦਾ, ਲਾਂਡਰੀ ਵੀ ਕਰਦਾ, ਝੰਡੇ ਨੂੰ ਸਕੂਲ ਛੱਡ ਕੇ ਆਉਣਾ, ਲੈ ਕੇ ਵੀ ਆਉਣਾ, ਆਏ ਨੂੰ ਖਾਣ ਪੀਣ ਨੂੰ ਵੀ ਦਿੰਦਾ। ਅਤੇ ਤੂੰ ਭਾਈ ਮੈਨੂੰ ਆਉਣ ਸਾਰ ਪੁੱਛਦੀ ਹੈ ਬਈ ਮੈਂ ਸਾਰਾ ਦਿਨ ਕਿੱਥੇ ਸੀ? ਡੈਡ, ਜੇ ਫਿਕਰ ਸੀ ਤਾਂ ਹੀ ਪੁੱਛਿਆ ਨਾ, ਨਾਲੇ ਇੱਥੇ ਕੋਈ ਵਿਹਲਾ ਤਾਂ ਹੈ ਨਹੀਂ। ਮੈਂ ਵੀ 10 ਘੰਟੇ ਕੰਮ ਕਰਦੀ ਹਾਂ, ਘਰ ਦਾ ਅੱਧਾ ਖਰਚਾ ਮੈਂ ਚੁੱਕਦੀ ਹਾਂ। ਪਤਾ ਨਹੀਂ ਤੁਸੀਂ ਇੰਨਾ ਰਿਐਕਟ ਕਿਉਂ ਕਰ ਰਹੇ ਹੋ, ਤੁਹਾਨੂੰ ਪ੍ਰੋਬਲਮ ਕੀ ਹੈ ਮੇਰੇ ਨਾਲ? ਪ੍ਰੋਬਲਮ ਮੈਨੂੰ ਤੁਹਾਡੇ ਨਾਲ ਜੋ ਤੁਹਾਨੂੰ ਮੇਰੇ ਨਾਲ ਹੈ? ਮਤਲਬ? ਮਤਲਬ ਇਹ ਧੀਏ, ਤੈਨੂੰ ਲੱਗਦਾ ਕਿ ਸਭ ਤੋਂ ਵੱਧ ਦੁਖੀ ਤੂੰ ਹੈ, ਤੇ ਮੈਨੂੰ ਲੱਗਦਾ ਮੇਰੇ ਕੋਲ ਸੁੱਖ ਨਾਂ ਦੀ ਚੀਜ਼ ਕੋਈ ਨਹੀਂ। ਲੱਗਦਾ ਹੁਣ ਤਾਂ ਮਰ ਕੇ ਸੁੱਖ ਮਿਲੋ। ਉਈ ਨਾ ਗੱਲ ਵਧਾਇਆ ਕਰੋ ਡੈਡ, ਸਿਆਣੇ ਹੋ ਤੁਸੀਂ। ਮਤਲਬ ਮੈਂ ਹੀ ਕਮਲੀ ਹਾਂ ਇੱਥੇ? ਬਿੰਦਰ ਤੂੰ ਵੀ ਸਿਆਣੀ ਆ। ਪਸਵੰਤ, ਇਹ ਮੇਰਾ ਤੇ ਮੇਰੀ ਨੂੰ ਤਾਂ ਮਾਮਲਾ, ਤੂੰ ਟਿੱਡੀਆਂ ਲੈਣੀਆਂ? ਟਿੱਡੀਆਂ ਨਹੀਂ ਓਏ, ਟਿੰਡੀਆਂ ਹੁੰਦਾ ਹੈ। ਯੱਪ ਸੇਮੀ ਹੈ ਡੈਡ। ਲੱਗਦਾ ਤੂੰ ਝੰਡੇ ਦੀ ਗੱਲ ਸੁਣੀ ਨਹੀਂ ਫਿਰ। ਝੰਡੇ ਨੇ ਕਿਹਾ ਹੈ ਇਹ ਮੇਰਾ ਤੇ ਮੇਰੀ ਨੂੰਹ ਦਾ ਮਾਮਲਾ ਹੈ। ਕਿਉਂ ਝੰਡਾ ਸਿਆਂ, ਠੀਕ ਹੈ ਨਾ? ਦਿਸ ਇਜ਼ ਟੂ ਮੱਚ ਨਾਓ। ਮੈਨੂੰ ਪਤਾ ਹੈ ਤੁਸੀਂ ਅਗਮ ਨੂੰ ਨਾ ਜਾਣ ਕੇ ਝੰਡਾ ਝੰਡਾ ਕਹਿੰਦੇ ਹੋ ਮੈਨੂੰ ਖਿਜਾਉਣ ਲਈ। ਇਹ ਤਾਂ ਹੱਦ ਹੈ ਧੀਏ। ਹੱਦ ਨਹੀਂ, ਹੱਦ ਤੋਂ ਜ਼ਿਆਦਾ ਆ। ਜਸਟ ਕਾਂਟ ਟੇਕ ਦਿਸ ਐਨੀ ਮੋਰ, ਇਟਸ ਫੋਰ ਦਾ ਲਾਸਟ ਟਾਈਮ। ਯੂ ਨੋ ਵਟ ਡੈਡ, ਮੈਂ ਰੋਜ਼ ਰੋਜ਼ ਤੁਹਾਡਾ ਬੈਸ ਨਹੀਂ ਕਰ ਸਕਦੀ। ਕਹਤੀ ਹੈ ਜੇ ਮੈਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਪਾਪਾ ਜੀ। 20 ਵਾਰੀ ਸਮਝਾ ਚੁੱਕੀ ਹਾਂ ਮੈਂ ਤੁਹਾਨੂੰ, ਆ ਤੂਫ ਨਾ ਪਾਲਿਆ ਕਰੋ। ਦਿਸ ਇਜ਼ ਕੈਨੇਡਾ ਨਾਟ ਇੰਡੀਆ। ਕੈਨੇਡਾ ਕੋਈ ਹੋਰ ਪਰਮਾਤਮਾ ਹੈ? ਪਹਿਲਾਂ ਮੰਦਰ ਧੂਪ ਪੱਤੀ ਕਰਦਾ ਹੁੰਦਾ ਸੀ, ਫਿਰ ਘਰ ਅੱਜ ਜਾ ਕੇ ਧੂਪ ਪੱਤੀ ਕਰਨ ਲੱਗ ਗਿਆ, ਹੁਣ ਤਾਂ ਮੈਂ ਇੱਥੇ ਬਾਹਰ ਆ ਕੇ ਬਹਿ ਗਿਆ। ਮੈਂ ਤੇਰਾ ਪਿਓ ਹਾਂ, ਪਰ ਇੱਕ ਗੱਲ ਸਮਝ ਨਹੀਂ ਆਈ। ਆ ਧੂਪ ਬੱਤੀ ਤੇ ਤੈਨੂੰ ਇੰਨਾ ਇਤਰਾਜ਼ ਹੈ, ਪਰ ਤੇਰਾ ਆਪਣਾ ਗੁੱਸਾ ਹਮੇਸ਼ਾ ਧੂੰਆਂ ਛੱਡਦਾ ਰਹਿੰਦਾ। ਵੈਰੀ ਵੈਲ ਸੈਡ ਮਾਈ ਫਾਦਰ ਇਨ ਲਾਅ। ਕੀ ਕਿਹਾ ਤੁਸੀਂ, ਦੁਬਾਰਾ ਕਿਉਂ? ਉਹ ਬਸ ਮੈਂ ਤਾਂ ਕਹਿ ਰਿਹਾ ਸੀ ਵੀ ਆਹ ਪਾਠ ਪੂਜਾ ਮੈਂ ਤੁਹਾਡੇ ਵਾਸਤੇ ਹੀ ਕਰਦਾ। ਇੱਕ ਵਾਰ ਪਰਮਾਤਮਾ ਤੁਹਾਨੂੰ ਸੰਤਾਨ ਦੇ ਦੇਵੇ, ਫਿਰ ਮੈਂ ਖੁਸ਼ੀ ਖੁਸ਼ੀ ਇਸ ਸੰਸਾਰ ਤੋਂ ਵਿਦਾ ਹੋ ਜਾਵਾਂ। ਪਾਪਾ ਜੀ ਮੈਨੂੰ ਕੁਝ ਨਹੀਂ ਚਾਹੀਦਾ, ਬਸ ਆ ਸਾਡੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਬੰਦ ਕਰ ਦਿਓ। ਤੁਹਾਡੀ ਜ਼ਿੰਦਗੀ ਨਾਲ ਹੀ ਮੇਰੀ ਜ਼ਿੰਦਗੀ ਹੈ। ਭਗਵਾਨ ਦੀ ਪੂਜਾ ਬੱਚੇ ਦਾ ਫਲ ਜ਼ਰੂਰ ਦੇਗੀ। ਡਾਕਟਰਸ ਨੇ ਜਵਾਬ ਦੇ ਦਿੱਤਾ, ਦੇਰ ਇਜ਼ ਨੋ ਚਾਂਸ ਆਫ ਅ ਬੇਬੀ। ਔਲਾਦ ਤਾਂ ਤੁਹਾਨੂੰ ਮਿਲੂ ਹੀ ਮਿਲੂ, ਪਰਮਾਤਮਾ ਬਹੁਤ ਵੱਡਾ ਕਰਾਮਾਤੀ ਹੈ ਲੀਲਾ ਪੁੱਤ। ਪੁੱਤ ਨਹੀਂ, ਧੀ ਹਾਂ ਮੈਂ। ਦਰਅਸਲ ਗੱਲ ਪਤਾ ਕੀ ਹੈ ਪਾਪਾ ਜੀ, ਤੁਹਾਨੂੰ ਵਰਤਮਾਨ ਦੇ ਵਿੱਚ ਜਿਉਣਾ ਹੀ ਨਹੀਂ ਆਉਂਦਾ। ਤੇ ਆ ਤੂਫ, ਇਹ ਤੂੰ ਕੀ ਕਰ? ਆ ਤੂਫ ਵੀ ਲਾਸਟ ਟਾਈਮ, ਸਮਝ ਆਈ ਪਾਪਾ? ਲਾਸਟ ਟਾਈਮ।